ਪਰ ਸਮੱਸਿਆ ਇਸ ਗੱਲ ਦੀ ਆ ਕਿ ਸਾਰੀ ਉਮਰ ਕਿਸੇ ਪਾਰਟੀ ਦਾ ਖਾ ਕੇ ਓਵਰਨਾਈਟ ਉਹਦੀ ਭੰਡੀ ਪ੍ਰਚਾਰ ਸ਼ੁਰੂ ਕਰ ਦਿੰਦੇ ਨੇ। ਸਭ ਤੋਂ ਵੱਡੀ ਸਮੱਸਿਆ ਇਸ ਗੱਲ ਦੀ ਆ। ਕੱਲ ਕੇਪੀ ਸਾਹਿਬ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਸੀ, ਕੀ ਕਹਿੰਦੇ ਸੀ, ਲੱਗਦਾ ਹੀ ਨਹੀਂ ਕਹਿੰਦੇ ਕਾਂਗਰਸ ਪਾਰਟੀ ਵਰਕਰਾਂ ਦੀ ਸੁਣਦੀ ਹੈ। ਤੇ ਅੱਜ ਮੈਂ ਅੱਗੇ ਚੱਲ ਕੇ ਇੱਕ ਹੋਰ ਖਬਰ ਸੁਣਾਊ, ਉਹ ਕਹਿੰਦੇ ਲੱਗਦਾ ਸੁਣਦੀ ਹੋਈ ਕਾਂਗਰਸ ਪਾਰਟੀ ਹੈ ਵਰਕਰਾਂ ਦੀ, ਕਿਸੇ ਨੂੰ ਮਾਂ ਵਾਦੀ ਹੈ ਤੇ ਕਿਸੇ ਨੂੰ ਸਵਾਦੀ ਹੈ। ਰਵਨੀਤ ਬਿੱਟੂ ਕਹਿੰਦੇ ਮੈਂ ਦੱਸਦਾ ਤੁਹਾਨੂੰ ਮੈਂ ਭਾਜਪਾ 'ਚ ਕਿਉਂ ਗਿਆ। ਉਹ ਸ਼ੁਰੂਆਤ ਹਮੇਸ਼ਾ ਇੱਥੋਂ ਕਰਦੇ ਹੈ ਕਿ ਸ਼ਹੀਦੇ ਆਜ਼ਮ, ਤੁਸੀਂ ਹੁਣ ਭਗਤ ਸਿੰਘ ਜੀ ਨਾ ਸੋਚ ਕੇ ਬਹਿ ਜਿਓ, ਰਵਨੀਤ ਬਿੱਟੂ ਦੇ ਅਨੁਸਾਰ ਸ਼ਹੀਦੇ ਆਜ਼ਮ ਨੇ ਬੇਅੰਤ ਸਿੰਘ, ਕਹਿੰਦੇ ਮੈਂ ਤਾਂ ਉਹਨਾਂ ਦੀ ਸੋਚ ਲੈ ਕੇ ਅੱਗੇ ਚੱਲ ਰਿਹਾ। ਤੁਹਾਨੂੰ ਯਾਦ ਹੋਣਾ ਜਿਸ ਦਿਨ ਇਹਨਾਂ ਨੇ ਆਪਣੀ ਹੋਲਡਿੰਗ ਦੇ ਉੱਤੇ ਉਹਨਾਂ ਦੀ ਤਸਵੀਰ ਲਾ ਲਈ ਸੀ, ਕਾਂਗਰਸ ਬਹੁਤ ਪਿੱਟੀ ਸੀ ਕਿ ਨਾ ਬੇਅੰਤ ਸਿੰਘ ਨੂੰ ਤੂੰ ਕਿਵੇਂ ਲੈ ਗਿਆ, ਉਹਨਾਂ ਦੀ ਚਿੱਟੀ ਪੱਗ ਤੇ ਹੋਰ ਦਾਗ ਕਿਉਂ ਲਾਉਣ ਲੱਗ ਪਿਆ। ਉਹ ਕਹਿੰਦਾ ਮੇਰਾ ਦਾਦਾ ਹੈ, ਮੈਂ ਤਾਂ ਲਾਊਂਗਾ, ਰੋਕ ਕੇ ਦਿਖਾਓ ਤੁਸੀਂ। ਸਾਡਾ ਫੋਟੋਆਂ ਦੇ ਨਾਂ ਤੇ ਵਿਵਾਦ ਹੋ ਗਿਆ। ਰਵਨੀਤ ਬਿੱਟੂ ਕਹਿੰਦੇ ਮੈਂ ਲੋਕਾਂ ਵਾਸਤੇ ਗਿਆ ਭਾਜਪਾ 'ਚ, ਆਪਣੇ ਵਾਸਤੇ ਨਹੀਂ ਗਿਆ। ਕਹਿੰਦੇ ਅਸੀਂ ਵਿਰੋਧੀ ਧਿਰ 'ਚ ਬੈਠ ਕੇ ਮੁਰਦਾਬਾਦ ਕਰਕੇ ਥੋੜੀ ਮੁੜਨਾ, 10 ਸਾਲ ਹੋ ਗਏ ਅਸੀਂ ਆਹੀ ਕੁਛ ਕਰਦੇ ਮੁੜਦੇ ਹਾਂ। ਹੁਣ ਕਹਿੰਦੇ ਫੇਰ ਕੰਧ ਤੇ ਲਿਖਿਆ ਨਜ਼ਰ ਆ ਰਿਹਾ ਕਿ ਅਗਲੀ ਸਰਕਾਰ ਫੇਰ ਭਾਜਪਾ ਦੀ ਹੈ। ਮੈਂ ਕਹਿੰਦੇ ਸੋਚਿਆ ਵੀ ਪੰਜਾਬ ਦੇ ਵਿਕਾਸ ਵਾਸਤੇ ਫਿਰ ਮੈਨੂੰ ਉੱਥੇ ਜਾਣਾ ਚਾਹੀਦਾ ਜਿਹਦੀ ਸਰਕਾਰ ਬਣ ਰਹੀ ਹੈ। ਇਹਦਾ ਮਤਲਬ ਬਾਕੀ ਸਾਰੀਆਂ ਪਾਰਟੀਆਂ ਵਾਲੇ ਬੇਵਕੂਫ ਤੁਰੇ ਫਿਰਦੇ ਆ, ਉਹ ਪੰਜਾਬ ਦਾ ਵਿਕਾਸ ਨਹੀਂ ਚਾਹੁੰਦੇ। ਤੁਸੀਂ ਦੇਖੋ ਕਿ ਥੋੜੇ ਥੋੜੇ ਫਰਕ ਨਾਲ ਮੋੜ ਕੇ ਉੱਥੇ ਹੀ ਲਿਆਂਦਾ ਜਾ ਰਿਹਾ। ਉਹ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਬਣਾਤੀ ਤਾਂ ਤੁਹਾਡਾ ਸਾਰਾ ਕੁਝ ਲੁੱਟ ਕੇ ਘੱਟ ਗਿਣਤੀਆਂ ਨੂੰ ਦਿੱਤਾ ਜਾਊ, ਉਸ ਭਾਈਚਾਰੇ ਨੂੰ ਦਿੱਤਾ ਜਾਊ। ਇਹਦਾ ਮਤਲਬ ਬਹੁ ਗਿਣਤੀ ਨੂੰ ਡਰ ਪੈਦਾ ਕਰਤਾ ਕਿ ਨਾ ਬਈ ਜੇ ਇੰਡੀਆ ਬਲੋਕ ਦੀ ਸਰਕਾਰ ਬਣ ਗਈ ਤਾਂ ਤੁਹਾਡੇ ਹੱਕ ਬਾਅਦ 'ਚ ਹੋ ਜਾਣਗੇ, ਉਹਨਾਂ ਦੇ ਪਹਿਲਾਂ ਹੋ ਜਾਣਗੇ। ਤੇ ਉਹਦੀ ਸ਼ਿਕਾਇਤ ਵੀ ਦਰਅਸਲ ਹੋ ਗਈ ਕਿ ਇੰਝ ਕੀਤਾ ਨਹੀਂ ਜਾ ਸਕਦਾ। ਲੋਕ ਪ੍ਰਤੀਨਿਧਤਾ ਐਕਟ 123 ਕਿਸੇ ਫਿਰਕੇ ਦੇ ਖਿਲਾਫ ਤੁਸੀਂ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਕਿਸਾਨਾਂ ਨੂੰ ਵੀ ਬੇਨਤੀ ਕਰਨਾ ਕਿ ਜਦ ਪਿਛਲੀ ਵਾਰੀ ਧਰਨਾ ਦੇ ਲਿਆ ਤੇ ਹੁਣ ਧਰਨੇ ਦੀ ਕਿਹੜੀ ਲੋੜ ਪਏਗੀ, ਕਿ ਉਹ ਮਸਲਾ ਹੱਲ ਹੋ ਗਿਆ? ਜੇ ਤਾਂ ਮਸਲਾ ਹੱਲ ਹੋ ਗਿਆ ਫਿਰ ਤਾਂ ਧਰਨਾ ਨਾ ਲਾਉਣਗੇ, ਜੇ ਮਸਲਾ ਜਿਉਂ ਦਾ ਤਿਉਂ ਹੈ ਫਿਰ ਧਰਨੇ ਤੋਂ ਤਕਲੀਫ ਕਿਉਂ? ਕਹਿੰਦੇ ਮੈਂ ਤਾਂ ਇਹਨਾਂ ਦੇ ਨਾਲ ਬੈਠਦਾ ਰਿਹਾ। ਇਹਦਾ ਮਤਲਬ ਜਦੋਂ ਤੁਸੀਂ ਰਵਨੀਤ ਬਿੱਟੂ ਜੀ ਧਰਨੇ ਤੇ ਨਾਲ ਬੈਠਦੇ ਸੀ ਉਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ, ਉਦੋਂ ਧਰਨਾ ਸਹੀ ਸੀ। ਅੱਜ ਜਿਸ ਪਾਰਟੀ ਦੇ ਖਿਲਾਫ ਧਰਨਾ ਲੱਗਿਆ ਤੁਸੀਂ ਉਸ ਪਾਰਟੀ ਦਾ ਹਿੱਸਾ ਬਣ ਗਏ, ਤਾਂ ਫਿਰ ਹੁਣ ਉਹ ਧਰਨਾ ਗਲਤ ਹੋ ਗਿਆ, ਹੁਣ ਧਰਨਾ ਲਾਉਣ ਵਾਲੇ ਗਲਤ ਹੋ ਗਏ। ਉਹ ਕਿਸਾਨ ਤਾਂ ਅੱਜ ਬੈਠੇ ਉਡੀਕਦੇ ਸੀ, ਆਏ ਹੀ ਨਹੀਂ, ਕੋਈ ਗੱਲ ਕਰਨੀ ਨਹੀਂ ਗਿਆ, ਕਹਿੰਦੇ ਸੀ ਅਸੀਂ ਗੱਲ ਕਰਨ ਆ ਜਾਵਾਂਗੇ, ਉਹ ਤਾਂ ਗੱਲ ਕਰਨੀ ਉਡੀਕਦੇ ਰਹੇ, ਗਿਆ ਹੀ ਨਹੀਂ ਕੋਈ। ਹੁਣ ਰਵਨੀਤ ਬਿੱਟੂ ਦੇ ਕਹਿਣ ਅਨੁਸਾਰ ਪੰਜਾਬ ਦੇ ਵਿਕਾਸ ਵਾਸਤੇ, ਪੰਜਾਬ ਨੂੰ ਬਾਕੀ ਸੂਬਿਆਂ ਵਾਂਗ ਤਰੱਕੀ ਦੀ ਲੀਹ ਤੇ ਚੜ੍ਹਾਉਣ ਵਾਸਤੇ, ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰਨ ਵਾਸਤੇ, ਪੰਜਾਬ ਨੂੰ ਇੱਕ ਮਜ਼ਬੂਤ ਅਰਥ ਵਿਵਸਥਾ ਦੇਣ ਵਾਸਤੇ ਮੈਂ ਤਾਂ ਕਾਂਗਰਸ ਛੱਡੀ ਆ ਕਿਉਂਕਿ ਕਾਂਗਰਸ ਦੇ ਕੋਲ ਕੁਛ ਨਹੀਂ। ਟਿਕਟ ਤਾਂ ਕਹਿੰਦੇ ਮੈਨੂੰ ਮਿਲੇ ਜਾਣੀ ਸੀ, ਪਰ ਮੈਂ ਟਿਕਟ ਵਾਸਤੇ ਨਹੀਂ ਗਿਆ, ਮੈਂ ਤਾਂ ਪੰਜਾਬ ਵਾਸਤੇ ਗਿਆ, ਪੰਜਾਬ ਦੀ ਤਰੱਕੀ ਵਾਸਤੇ ਗਿਆ।